मिट्टी दा पुतला मिट्टी नू रोंदा घूम गए करां दे बारनी आटे दिया कोई चिड़ियां नू आखो उड़ के ही आ जो इक बार नहीं मिट्टी दा पुतला मिट्टी नू रोंदा घूम गए करां दे बार नहीं तलियां दे उत्ते पिंडां दे नक्शे ताय उकरे पए ने ओ पिपलां दी छावे ओ तियां दे मेले टुट गईयां वंगां दे टुकड़े पए ने ए तूड़ा दी कलगी नू मथे ते लाके ला दे मां सिर वाला पारनी मिट्टी दा पुतला मिट्टी नू रोंदा घूम गए करां आटे दिया कोई चिड़ियां नू आखो उड़ के ही आजो एक बार बिस्मिल्लाहिर्रहमानिर्रहीम। अज असी अपने दर्शकों वास्ते अजिहे बजुर्गों के नाल हाज़र हाँ जिन्हों का तनलक सन 47 की उस वार चा बहुत वड्डा इन्हों का तलक आ क्योंकि इन्हों की पैदायश इंडिया की आ इन्हों का जम्मण भोग इन्हों का रहन सहन उन्हां लोगों के नाल किस तरीके दे नाल गुजरिया किस तरीके दे नाल इन्हां ने उत्थे सरवाइव किया अपने पल कड़ी किस तरीके दे नाल गुजारे अज इन्हां दे नाल ओह गल्लां असीं सांझियां करांगे तुहाडे नाल भी। उम्मीद है तुहानूं अज दा प्रोग्राम पसंद आएगा। तो अस्सलाम वालेकुम बजुर्गो, की हाल चाल आ? वालेकुम सलाम, की हाल चाल आ? ठीक हो? ठीक है। की नाम है बजुर्गो अपना? मोहम्मद इकबाल। मोहम्मद इकबाल, तुहाडे वाल साहब का की नाम है जी? गुलाम मोहम्मद। गुलाम मोहम्मद बजुर्गो, तुहाडा पिंड किहड़ा सी और किहड़ा जिला सी तुहाडा इंडिया दे विच? पिंड सी सिंहपुरा। सिंहपुरा, सिंहपुरा। ते जिला केड़ा सी तोड़ा? जिला जलंधर। जिला जलंधर, पिंड सिंहपुरा जिला जलंधर, सही। ते कोई याद है तुहानू आले दुआले दे केड़े केड़े पिंड सीगे उत्थे? केड़े केड़े पिंड सी नाम दस सकदे? करशैदपुर। करशैदपुर, पडोरी। पडोरी सिखां दा सी। अच्छा, सारा पिंड सिखां दा सी। बहुत ज्यादा आल दुआल ज्यादा पिंड नहीं सी, थोड़े ही सी जेड़े जेड़े सी, तुसी नाम लै दिता। होर भी हो सकते हैं। बहरहाल तुहाडा डाकखाना केड़ा सीगा? डाकखाना खास सी। डाकखाना खास सिंहपुरे जी। ते थाना केड़ा लगदा सी तुहानू? थाना लगदा सी सानू शाहकोट दा। शाहकोट दा, अच्छा अच्छा अच्छा, शाहकोट भी कोल ही सी तुहाडे? हां, नेड़े सी। अच्छा अच्छा अच्छा। ते बजुर्गो जदों आप वंड दी बार दी ऐलान होया तुहाडी उम्र किन्नी सी उस टाइम? उस टाइम 10.5
10 11 ਸਾਲ ਤੁਹਾਡੀ ਉਮਰ ਸੀ ਉਸ 10 11 ਸਾਲ ਸੀ ਰਾਤ ਨੂੰ ਬਹੁਤ ਹੁੰਦੇ ਸੀ ਸਾਰੇ ਡੰਗਰ ਬੰਦੇ ਇੱਥੇ ਵੀ ਦਾ ਪਤਰ ਸੀ ਅੱਛਾ ਤੋਂ ਬੋਲ ਕਾਫੀ ਬੋਲ ਬੋਲਦੇ ਹੁੰਦੇ ਸੀ ਅੱਛਾ ਜੀ ਅਤੇ ਉਹਨੂੰ ਗੇੜਾ ਮਾਰਨ ਜਾਣਾ ਨਗਾਰੇ ਵਜਾਉਣੇ ਨਗਾਰੇ ਕੁੱਟਣੇ ਅੱਛਾ ਕਈ ਕਈ ਸਿੱਖ ਰਲ ਜਾਣੇ ਕਈ ਕਹਿੰਦੇ ਸਾਨੂੰ ਬਚਾ ਲਿਓ ਕਈਆਂ ਨੂੰ ਬਚਾ ਲੈਣਾ ਅੱਛਾ ਕਈ ਨਾਲ ਨਾਲ ਜਾਣਾ ਮੁਸਲਮਾਨਾਂ ਨਾਲ ਜਾਣਾ ਅਸੀਂ ਇਹਨਾਂ ਦੀ ਹਫਾਜ਼ਤ ਬੋਲੇ ਆਏ ਹਾਂ ਅੱਛਾ ਜੀ ਬਸ ਉਹਨਾਂ ਨੂੰ ਬਚਾ ਕਰ ਮੁੜੇ ਆਉਣਾ ਫਿਰ ਮੁੜੇ ਆਉਣਾ ਸਹੀ ਅਤੇ ਬਜ਼ੁਰਗੋ ਮੈਂ ਪੁੱਛ ਰਿਹਾ ਸੀ ਕਿ ਜਦੋਂ ਇਹ ਐਲਾਨ ਹੋਇਆ ਤੁਹਾਨੂੰ ਪਤਾ ਲੱਗਿਆ ਵੀ ਇਹ ਪਾਕਿਸਤਾਨ ਬਣ ਗਿਆ ਇੱਕ ਹੋਰ ਮੁਲਕ ਤੁਸੀਂ ਇੱਥੋਂ ਉੱਠ ਕੇ ਜਾਣਾ ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਉੱਥੋਂ ਉੱਠ ਕੇ ਆਏ ਅਸੀਂ ਉਸ ਤਰੀਕੇ ਤਿਆਰੀ ਕਰ ਲਈ ਜਿਸ ਨੇ ਐਲਾਨ ਹੋਏ ਐਲਾਨ ਹੋਏ ਤੋਂ ਅਤੇ ਪਿੰਡੋਂ ਚੱਲ ਕੇ ਚੱਲ ਆਉਂਦਾ ਸੀ ਚੱਲ ਬੜੇ ਬਹੁਤ ਤੜਾ ਸੀ ਚੱਲਪੁਰ ਚੱਲ ਬੜੋਂਗਿਆ ਦਾ ਚੱਲ ਸਿੰਘਪੁਰ ਦਾ ਅੱਛਾ ਜੀ ਚੱਲ ਨਿੱਕਿਆਂ ਬੜੋਂਗਿਆ ਦਾ ਅੱਛਾ ਜੀ ਕਈ ਪਿੰਡ ਚੱਲ ਸਹੀ ਲੰਘੇ ਇਹਨਾਂ ਦੇ ਵਿੱਚੋਂ ਜੀ ਤੁਸੀਂ ਫਿਰ ਵਿੱਚ ਪੂਰੀ ਪੂਰੇ ਦਾ ਪੂਰਾ ਟੱਬਰ ਸਹੀ ਸਲਾਮਤ ਮਤਲਬ ਤੁਸੀਂ ਉੱਥੋਂ ਪਹੁੰਚਿਆ ਕੋਈ ਹਬੀ ਨਵੀ ਤਾਂ ਨਹੀਂ ਹੋਈ ਕੋਈ ਹਮਲਾ ਹੁਮਲਾ ਵੀ ਹੋਇਆ ਸੀ ਰਾਜ ਹਮਲਾ ਹੋਇਆ ਅੱਛਾ ਹੋਣਾ ਸੀਗਾ ਅੱਛਾ ਸਾਡੇ ਪਿੰਡ ਦੇ ਚੌਧਰੀ ਇੱਕ ਚੌਧਰੀ ਹੋਰ ਸੀਗਾ ਅੱਛਾ ਦੋ ਪਿੰਡ ਉਹ ਪਰਜੀਆਂ ਸੀ ਅੱਛਾ ਬਲੀ ਗਹੀਰ ਠੀਕ ਅਤੇ ਉਹ ਰਾਜ ਰੱਖਿਆ ਦੋ ਮਤਲਬ ਸਿਰ ਸਿਰ ਹੋਇਆ ਅੱਛਾ ਭਾਈ ਸਾਹਿਬ ਜਾਣੀ ਉਹ ਚੌਧਰੀ ਜਿਹੜੇ ਸੀਗੇ ਉਹ ਵਿੱਚ ਪੈ ਗਏ ਬਈ 500 ਰੁਪਈਆ ਲੈ ਜਾਣਾ ਕਦਰ ਕਰਾ ਲੈਣਾ ਅੱਛਾ ਹੁਣ ਮੈਨੂੰ ਉਹ ਯਾਦ ਰਹੇਗਾ ਮੀਂਹ ਵਾਲਦਾ ਕਿ ਪਹਿਲਾਂ ਜਾ ਮੀਂਹ ਵਾਲਾ ਕੁੜੀ ਦੇ ਚੜ੍ਹ ਲਗਾ ਚੇਰ ਬਰਾਉ ਬੜਾ ਟਾਈਮ ਬੜਾ ਵਕਤ ਦੇਖਿਆ ਤੁਸੀਂ ਬਜ਼ੁਰਗੋ ਇਸ ਗੱਲ ਦਾ ਸਾਨੂੰ ਅੰਦਾਜ਼ਾ ਹੀ ਆ ਅਸੀਂ ਉਸ ਤਰੀਕੇ ਦੇ ਨਾਲ ਵੀ ਮਹਿਸੂਸ ਸ਼ਾਇਦ ਨਹੀਂ ਕਰ ਸਕਦੇ ਤੁਸੀਂ ਉਹ ਬੜਾ ਟਾਈਮ ਦੇਖਿਆ ਬੜਾ ਉਹ ਕੁਰਬਾਨੀਆਂ ਦੇ ਕੇ ਤੁਸੀਂ ਇੱਥੇ ਤੱਕ ਪਹੁੰਚੇ ਅਤੇ ਤੁਹਾਡੇ ਦਿਲ ਦੇ ਵਿੱਚ ਜਿੰਨਾ ਵੀ ਦੁੱਖ ਆ ਜਾਂ ਗਮ ਆ ਅਸੀਂ ਉਹਦੇ ਵਿੱਚ ਪੂਰੇ ਪੂਰੇ ਸ਼ਰੀਕ ਹਾਂ ਪਰ ਜੋ ਤੁਸੀਂ ਮਹਿਸੂਸ ਕਰ ਸਕਦੇ ਅਸੀਂ ਤਾਂ ਨਹੀਂ ਮਹਿਸੂਸ ਕਰ ਸਕਦੇ ਉਸ ਚੀਜ਼ ਨੂੰ ਬਾਕੀ ਬਜ਼ੁਰਗੋ ਮੈਨੂੰ ਇਹ ਦੱਸੋ ਵੀ ਤੁਸੀਂ ਫਿਰ ਲਾਹੌਰ ਪਹੁੰਚੇ ਸਿੱਧੇ ਇੱਥੋਂ ਨਿਕਲਦੇ ਜਲੰਧਰ ਆ ਗਏ ਸੀ ਜਲੰਧਰ ਆ ਗਿਆ ਅੱਛਾ ਜਲੰਧਰ ਆ ਗਿਆ ਗਾਂ ਅੰਮ੍ਰਿਤਸਰ ਆ ਗਿਆ ਅੱਛਾ ਜੀ ਜਲੰਧਰੋਂ ਫਿਰ ਤੁਸੀਂ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਆ ਗਿਆ ਠੀਕ ਅੰਮ੍ਰਿਤਸਰ ਦੇ ਕੈਂਪ 'ਚ ਰਹੇ ਤੁਸੀਂ ਕੈਂਪ 'ਚ ਰਹੇ ਠੀਕ ਕੈਂਪ 'ਚ ਰਹੇ ਚੰਦ ਦੇ ਨਹੀਂ ਰਹੇ ਸਹੀ ਅਤੇ ਚੰਦ ਦੇ ਰਹੇ ਫਿਰ ਡਿਊਟੀਆਂ ਲੱਗੀਆਂ ਸੀ ਅੱਛਾ ਫੌਜੀ ਉਮਰ ਰਾਹ ਸੀ ਹਾਂਜੀ ਫੌਜੀਆਂ ਦੀਆਂ ਡਿਊਟੀਆਂ ਲੱਗੀਆਂ ਸੀ ਪਠਾਣਾ ਦੀਆਂ ਪਠਾਣ ਬਲੋਚ ਬਲੋਚ ਮਿਲਟਰੀ ਸੀ ਨਾਲ ਅੱਛਾ ਬਲੋਚ ਮਿਲਟਰੀ ਸੀ ਠੀਕ ਅਤੇ ਉਹ
अच्छा जी साढ़े नाल दर्शको बाबा जी के बेटा जी भी ने और कुछ साड़ी हेल्प जरूर करेंगे। तो मैं ये पूछना चाहना भी जो उतों इंडिया चो उठ के आए रास्ते दे वेच की पाना बीतिया की पाना बरते हैं। दादा जी मैनू गल सुनाते होंदे सीगे अबे इधर मुँह करो, दादा जी कहिंदे सीगे कि जदों उतों जाड़े पए आ ते उदों असीं अपने सारे टब्बर नूं लै के उतों निकलिया मैं ते राज सानूं सिखां ने घेर लिया। अच्छा ते उन्होंने गड़ासे कुहाड़ियां मारने शुरू करते ते मेरे दादा जी एक यार सीगा सिख भाई की नाम से सिख साहब का सरदार का जरा दादे का बेली सीगा दोस्त है इंडिया जरा जे जो दादे नू मारदे सी सिख तो उन्हें कहा सीगा पहले मैनू वड लो तो फिर गामो नू वड़ी हो अच्छा सरदार सिंह सरदार नहीं सिख नहीं थी हाँ वो मुसलमान थी। अच्छा उन्होंने कहा जी पहले मैनू वड्डो तो फिर ये जरा ना यू गामो न्याण वड़ीओ फिर उन्होंने इस तरह साढ़े जरा टब्बर से दादा जी का अब्बा जी कुकियाँ उन्हें सारे छड़ दिता तो फिर वो अपनी हदूद नगा के तो वापस चले गए वो सिख भी वापस चला गया। अच्छा हाँ जी सा मेरे दादा जी जिसम से कोई एक निशान इदा जिसम खाली नहीं जिते गडासिया बर्शिया के कुहाड़िया के निशान नहीं असल से वेला वो टाइम इस तरह का सी कुछ गलत फहमिया भी बहुत उस टाइम पैदा हुई इधरों भी बहुत ज़्यादा वड वडांगा होया उधरों भी बहुत ज़्यादा वड वडांगा होया ते पर जिहड़े नस्ली सीगे वो तोड़ तक छड के भी गए आ बड़ियां बड़ियां दास्तानां रकम मेरे दादा जी कहंदे सीगे कि एक सिख मेरे दादा जी ने दस्सिया कि एक सिख सीगा उहने यारी नभाई सारा बार्डर नगा के फिर वो पिछे मुड़ के गया। हाँ जी ते दूसरे अपने सरदारां सिखां नूं कहा कि इस खानदान नाल साडी यारी आ इहनां नूं कुछ नहीं कहना। सही हाँ जी ते बजुर्गो अपना जिहड़ा इलाका पिंड च तां तुसीं नां लिया किस तरीके दी इत्थे दी जमीन सी ते इत्थे दा चौधरी कौन सी वड्डा मतलब बंदा लंबड़दार या सरपंच केड़ा सी उत्थे चौधरी जान अमर चौधरी जान अमर जान अमर। अच्छा ए सारा पिंड अपना मुसलमान दा सी मुसलमान। अच्छा सारा पिंड मुसलमान दा सी चौधरी जान अमर जिहड़ा सी ओह तुहाडे पिंड दा चौधरी सी लंबड़दार सी नूर मोहम्मद लंबड़दार सी। अच्छा नूर मोहम्मद लंबड़दार सी ठीक ते अपने इलाके दी जमीन किद्दां दी सी चंगी सी की फसल हुंदी सी सारियां फसलां हुंदियां जी सारियां फसलां हुंदियां जमीन कोई गड़ खराब नहीं पानी चंगा सी चंगा ते आप भी अपने हत्थी भी भाई बीजी करदे रहे तुसीं उस उमरे खेतीबाड़ी आप मैं अच्छी बार कर लिया सही जिन चे 12 साल दा होया मैं हाँ जी हूँ चे तड़के बोल चलने तड़के बोल छड़ लेने ते हल फेरना सही कूच लाउणे सुहागे मारने हल फेरना सही पूरा काम जानी करते होंगे सके पानी चंगा सी थले दा बहुत चंगा ते खूह टिंडा वाले चलते सी टिंड टिंड 5 किलो दे टिंड सी ते उस वेले दा कोई वाकया कोई याद है कोई दस सकते उस टाइम दा कोई वाकया कोई की कोई वाकया होया होवे कोई हासे मजाक दा या उंज कोई वाकया कोई किसी किस्म दा उहनां लोकां दे नाल तुहाडा रहना बहना किवें दा सी ते मुहब्बत पूरा सी कोई इस तरह दा कोई वाकया सुनाओ सानू ये भी दसो कोई मेला मूला देखा जांदे हुंदे सी लागे उस दौर च की शुगल मजाक चलदे हुंदे दादे नाल कोई मेला देखा जांदे हुंदे सी एक मील ते जां दो मील ते ला लो परजियां पंड परजियां सी। अच्छा उत्थे जांदा सी मेला लगदा सी। अच्छा बाबा माले शाह दा मेला लगदा सी पिंड परजियां उस पिंड लगदा सी ते मेला रहिंदा सी सिख भी चूड़े भी ਸਾਰੀਆਂ ਬਰਾਦਰੀਆਂ ਦੇ ਲੋਕ ਆਉਂਦੇ ਹੁੰਦੇ ਸੀ ਉੱਥੇ ਉਸ ਮੇਲੇ 'ਚ ਬਹੁਤ ਦੂਰੋਂ ਸਹੀ ਅੱਛਾ ਜੀ ਠੀਕ ਹੈ ਛਿੰਝ ਪੈਂਦੀ ਸੀ ਘੋਲਾਂ ਹੁੰਦੀਆਂ ਸੀ ਹਾਂ ਸਹੀ
ਕੋਈ ਲੜਾਈ ਝਗੜਾ ਵੀ ਹੁੰਦਾ ਹੁੰਦਾ ਸੀ ਆਪਸ ਦੇ ਵਿੱਚ? ਹੁੰਦਾ। ਕੋਈ ਮਾਰਿਆ ਕੁੱਟਿਆ ਕਿਸੇ? ਮਾਰਿਆ ਨਹੀਂ, ਝੇੜੇ ਚੂਚੇ ਹਟ ਜਾਂਦੇ ਸੀ ਝਗੜਾ। ਅੱਛਾ। ਸਿੱਖ ਦੇ ਦੂਰੋਂ ਦੂਰੋਂ ਆਉਂਦੇ ਸੀ ਲੜਨ ਮਿਲੇ। ਅਤੇ ਪਿੰਡੋਂ ਵੀ ਸਾਡੇ ਪਿੰਡ ਦਾ ਇੱਕ ਮੁਸਲਮਾਨ ਸੀ ਸਾਡਾ ਭਰਾ ਜੀ। ਸਹੀ। ਸਰਦਾਰ ਉਹਨੂੰ ਕਹਿੰਦੇ ਨਸੀਰ ਹੈਗਾ। ਅੱਛਾ। ਉਹ ਬਸ ਲੜਨ ਵਾਸਤੇ ਉਹ ਜਦੋਂ ਮਹਿਲਾ ਜਾਂ ਹਟ ਜਾਂਦਾ ਹਟਣ ਦੇ ਰੋਣਾ ਉਹ ਮੇਰਾ ਭਰੀਆਂ ਚੁੱਕੇ ਨਾ ਭਰ 40 ਡਾਂਗਾਂ ਵਧੀਆਂ ਹੋਈਆਂ। ਅੱਛਾ। ਉਹ ਡਾਂਗਾਂ ਹੁਣ ਚੁੱਕ ਲੈਣੀਆਂ। ਅੱਛਾ। ਉਸ ਜਾ ਕੇ ਸਾਡਾ ਹੈਡਕੁਆਰਟਰ ਸੀ, ਖੂਹ ਸਾਡਾ ਸੀ, ਨਿੰਬੂ ਸਾਡੇ 22-24 ਬੂਟੇ ਨਿੰਬੂਆਂ ਦੇ 22-24 ਬੂਟੇ ਨਿੰਬੂਆਂ ਦੇ ਵੀ ਸੀਗੇ ਡੇਰੇ 'ਤੇ। ਹਾਂ ਸਹੀ। ਅਤੇ ਉਹ ਖੂਹਾਂ ਵਾਲੇ ਸਾਰਿਆਂ ਉੱਥੋਂ ਨਿੰਬੂ ਲਾਉਣੇ, ਸਿਕੰਜਵੀ ਬਣਾ ਲੈਣੀ, ਪੀਣੀ ਪਾ ਕੇ ਦੇਸੀ ਸ਼ੱਕਰ ਅਤੇ ਵਿੱਚ ਪਾ ਕੇ ਨਿੰਬੂ ਅਤੇ ਬਣਾਉਣੀ ਸ਼ਿਕੰਜਵੀ ਪੀਣੀ ਸਾਰਿਆਂ ਨੇ। ਅਤੇ ਫਿਰ ਨਹਾਉਣਾ ਅਤੇ ਨਿੰਬੂ ਬਦਲ ਕੇ ਨਿੰਬੂ ਚੀਰ ਲੈਣਾ, ਮੜ ਮੜ ਕੇ ਨਹਾਉਣਾ। ਕਿਆ ਬਾਤ ਹੈ, ਜਿਹੜੀ ਨਿੰਬੂ ਮੜ ਮੜ ਕੇ ਨਹਾਉਂਦੇ ਰਹੇ। ਸਹੀ। ਬਾਬਾ ਉਹ ਗੱਲ ਸੁਣਾ, ਜਦੋਂ ਤੁਸੀਂ ਇੱਕ ਦਫ਼ਾ ਕਹਿੰਦੇ ਮਾਮੇ ਕੀ ਕੋਈ ਸ਼ਹਿਰ ਤੋੜ ਲਏ ਸੀ ਅਤੇ ਉਹ ਮਗਰ ਤੇ ਦੌੜੇ, ਖਰਬੂਜੇ ਤੋੜੇ ਕਿ ਦੁਆਣੇ ਅਤੇ ਨਿੰਬੂ ਤੋੜਨ ਗਏ ਸੀਗੇ? ਕਿੱਦਾਂ ਹੋਈ ਸਾਰੀ ਗੱਲ ਸੁਣਾਓ। ਨਾਲੇ ਦੋਣੇ ਤੋੜ ਲਏ, ਉਹਨਾਂ ਨੂੰ ਪਛਾਣ ਸੀਗੀ ਵੀ ਫਲਾਣੇ ਫਲਾਣੇ ਬੰਦੇ ਤੋੜਦੇ ਆ। ਅੱਛਾ। ਪਛਾਣ ਸੀ ਉਹਨਾਂ ਨੂੰ, ਪਤਾ ਲੱਗ ਗਿਆ ਸੀ। ਹਾਂ। ਅੱਛਾ। ਮੌਲ ਭੱਜੇ ਭੱਜੇ ਫੜ ਦੇਣੇ? ਨਹੀਂ ਫੜੇਗੇ, ਜਵਾਨ ਸੀਗੇ ਨਾ, ਕਿੱਥੇ ਫੜੇ ਜਾਣਾ ਸੀ। ਨਾਲੇ ਪੇਟੀ ਨਹੀਂ ਫੜਾਉਂਦਾ। ਹਾਂ ਸਹੀ ਗੱਲ, ਸਹੀ ਗੱਲ। ਅਤੇ ਆਪਣੇ ਤੁਸੀਂ ਫਿਰ ਉੱਥੋਂ ਕੈਂਪ 'ਚੋਂ ਜਦੋਂ ਤੁਸੀਂ ਪਹੁੰਚੇ, ਲਾਹੌਰ ਕੈਂਪ ਪਹੁੰਚੇ, ਉੱਥੋਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਤੁਸੀਂ ਇਸ ਪਿੰਡ ਦੇ ਵਿੱਚ ਆ ਕੇ ਬਹਿਣਾ, 168 ਗੱਗੋਮਾਲ ਦੇ ਵਿੱਚ? ਇਹ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਤੁਸੀਂ ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ ਲਾਹੌਰ ਜਿਤਾਣੀ ਪਿੰਡ। ਹਾਂ। ਗਾਂ ਜਿਤਾਣੀ ਆ, ਜਿਤਾਣੀ ਪਿੰਡ ਉਹ ਉੱਥੋਂ ਹੌਲੀ 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 ਤੁਰਦੇ ਆਏ ਗੱਡਿਆਂ ਦੇ ਰਸਤੇ, ਗੱਡੇ ਰਸਤੇ ਪਹਿਲਾਂ ਪੱਕੀ ਆਉਂਦੀ ਸੀ, ਮਗਰੋਂ ਕੱਚੇ ਆ ਗਿਆ। ਸਹੀ। ਗੱਡਿਆਂ 'ਤੇ ਆਪਣਾ ਸਮਾਨ ਲੱਦਿਆ, ਸਾਰਾ ਭਾਂਡਾ ਟੀਡਾ ਸਾਰੇ ਉਹ ਗੱਡਿਆਂ 'ਤੇ ਬਹਿ ਕੇ ਅਤੇ ਫਿਰ ਪਹੁੰਚੇ ਤੁਸੀਂ ਇੱਥੇ। ਅਤੇ ਜ਼ਮੀਨ ਉੱਥੇ ਤੁਹਾਡੀ ਕਿੰਨੀ ਸੀ ਅਤੇ ਇੱਥੇ ਕਿੰਨੀ ਪਈ ਤੁਹਾਨੂੰ? ਜ਼ਮੀਨ ਉੱਥੇ ਸੀ ਸਾਡੇ ਕੋਲ 3 ਕਿੱਲੇ। 3 ਕਿੱਲੇ ਅਸਲ 3 ਕਿੱਲੇ ਸੀ। 6 ਬੀਘੇ। ਠੀਕ ਆ। ਅਤੇ ਅਸਲ ਜ਼ਮੀਨ ਫਿਰ ਪੈਣ ਲੱਗ ਪਈ ਜ਼ਮੀਨ ਜੀ ਜ਼ਮੀਨਾਂ ਦੇ। ਹਾਂਜੀ। ਨੰਬਰਾਂ ਦੇ ਨਾਲ ਪੈਣ ਲੱਗ ਪਈ ਸੀ ਜ਼ਮੀਨ। ਫਿਰ ਸਾਨੂੰ ਫਿਰ 6 ਕਿੱਲੇ ਪੈ 12 ਪੈ ਗਏ। ਅੱਛਾ। ਉਹ ਨੰਬਰਾਂ ਦੇ ਹਿਸਾਬ ਨਾਲ ਤੁਹਾਡੇ ਫਿਰ 12 ਕਿੱਲੇ ਪੈ ਗਏ ਇੱਥੇ। ਜਾਣੀ ਤੁਹਾਡੀ 3 ਕਿੱਲੇ ਦੀ ਜ਼ਮੀਨ ਦਾ ਐਡਾ ਇੰਨੇ ਨੰਬਰ ਪਏ ਵੀ ਇੱਥੇ ਆ ਕੇ ਤੁਹਾਨੂੰ 12 ਕਿੱਲੇ ਲੱਭੇ। ਸਹੀ। ਅਤੇ ਇੱਥੇ ਜੈਸ ਪਿੰਡ 'ਚ ਤੁਸੀਂ ਬਜ਼ੁਰਗੋ ਆਏ ਆ, ਤੁਹਾਡੇ ਨਾਲ ਤੁਹਾਡੇ ਉਸ ਪਿੰਡ ਦੇ ਵੀ ਹੈ ਸੀਗੀ ਲੋਕ ਇੱਥੇ ਆ ਕੇ ਬੈਠੇ ਤੁਹਾਡੇ ਨਾਲ, ਜਾਂ ਤੁਸੀਂ ਇਕੱਲਾ ਹੀ ਘਰ ਆ ਕੇ ਇੱਥੇ? ਹੋਰ ਵੀ ਸੀਗੇ। ਤੁਹਾਡੇ ਇਸ ਪਿੰਡ ਦੇ ਵਿੱਚ ਦੱਸ ਸਕਦੇ ਵੀ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਬੈਠੇ ਉੱਥੋਂ ਇੰਡੀਆ ਤੋਂ, ਕਿਹੜੇ ਕਿਹੜੇ ਪਿੰਡਾਂ ਨਾਲ ਜਾਂ ਜ਼ਿਲ੍ਹਿਆਂ ਦੇ ਨਾਲ ਤਾਲਕ ਰੱਖਣ ਵਾਲੇ ਲੋਕ ਆ, ਕੋਈ ਯਾਦ ਆ ਮਾੜਾ ਜਿਹਾ? ਤੰਦਾ ਉੜਿਆ
अच्छा शमैलपुरा शमैलपुरा ਜਿਹੜੇ ਪਿੰਡ ਜਾਣ ਪਿੱਛੇ ਪਿੱਛੇ ਵੀ ਜਾਣਦੇ ਸੀ ਸਾਰੇ ਅੱਛਾ ਅੱਛਾ ਪਿੱਛੇ ਵੀ ਜਾਣਦੇ ਸੀ ਤੇ ਗੁਰਦਾਸਪੁਰੀਏ ਵੀ ਬੈਠੇ ਇੱਥੇ ਆ ਕੇ ਗੁਰਦਾਸਪੁਰੀਏ ਬੈਠੇ ਲੁਧਿਆਣੀਏ ਵੀ ਬੈਠੇ ਇੱਥੇ ਆ ਕੇ ਜਲੰਧਰੀਏ ਵੀ ਬੈਠੇ ਸਹੀ ਤੇ ਹੋਰ ਆਪਣੇ ਹੋਰ ਜ਼ਿਲ੍ਹਿਆਂ ਦੇ ਵੀ ਲੋਕ ਬੈਠੇ ਇੱਥੇ ਹਾਂਜੀ ਕਿਹੜਿਆਂ ਕਿਹੜਿਆਂ ਦੇ ਦੱਸ ਸਕਦੇ ਕੁਛ ਹਾਂ ਗੁਰਦਾਸਪੁਰੀਆ ਠੀਕ ਹੈ ਜੀ ਗੁਰਦਾਸਪੁਰੀਆ ਹੁਸ਼ਿਆਰਪੁਰੀਏ ਕਰਨੌਰ ਕਰਨੌੜ ਦੇ ਲੋਕ ਬੈਠੇ ਬੈਠੇ ਹੁਸ਼ਿਆਰਪੁਰੀਏ ਵੀ ਬੈਠੇ ਹੁਸ਼ਿਆਰਪੁਰੀਏ ਥੋੜ੍ਹੇ ਲੋਕ ਸੀ ਅੱਛਾ ਥੋੜ੍ਹੇ ਲੋਕ ਸੀ ਗੁਰਦਾਸਪੁਰੀਏ ਸੀ ਜ਼ਿਆਦਾ ਗੁਰਦਾਸਪੁਰੀਏ ਅਤੇ ਜਲੰਧਰ ਦੇ ਵੀ ਬੈਠੇ ਲੋਕ ਜਲੰਧਰ ਸੀ ਹਾਂ ਜਲੰਧਰ ਦੇ ਆਮ ਸੀ ਅਤੇ ਆਪਣੇ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਆਏ ਤੁਸੀਂ ਬੈਠੇ ਇੱਥੇ ਕੁਛ ਹੋਰ ਵੀ ਲੋਕ ਪਹਿਲਾਂ ਸੀਗੇ ਬੈਠੇ ਸੀ ਕੁਛ ਹੋਰ ਵੀ ਲੋਕ ਜਾਂ ਪੂਰਾ ਪਿੰਡ ਖਾਲੀ ਸੀ ਨਹੀਂ ਖਾਲੀ ਸੀ ਖਾਲੀ ਸੀ ਉਹ ਇੱਦਾਂ ਸੀ ਵੀ ਕੋਈ ਜਾਣ ਦਾ ਬੰਦਾ ਆ ਗਿਆ ਇੱਕ ਮਿਲ ਪਿਆ ਹਾਂਜੀ ਉਹ ਕਹਿੰਦਾ ਯਾਰ ਤੂੰ ਮੈਂ ਇਕੱਲਾ ਆ ਮੇਰੇ ਕੋਲ ਆ ਗਿਆ ਸਹੀ ਆਪਾਂ ਦੋ ਜਣਿਆਂ ਹੋ ਚੱਲਾਂਗੇ ਸਹੀ ਸਹੀ ਜਾਣੀ ਜਾਣ ਪਛਾਣ ਵਾਲਿਆਂ ਦੇ ਨਾਲ ਜਾ ਕੇ ਫਿਰ ਉੱਥੇ ਜਿੱਥੇ ਜਿੱਥੇ ਜਾਣ ਪਛਾਣ ਵਾਲੇ ਬੈਠੇ ਸੀ ਉੱਥੇ ਉੱਥੇ ਸਾਰੇ ਲੋਕ ਇੰਝ ਹੀ ਬਹਿੰਦੇ ਉਹਨਾਂ ਨੂੰ ਇਹ ਵੀ ਦੱਸੋ ਕਿ ਜਦੋਂ ਅਸੀਂ ਇੱਥੇ ਆ ਕੇ ਬੈਠੇ ਹਾਂ ਤੁਹਾਨੂੰ ਜਗ੍ਹਾ ਗੁਰਦੁਆਰੇ ਦੀ ਲੱਭੀ ਜਿਹਦਾ ਹਜੇ ਤੁਹਾਨੂੰ ਬਿੱਲ ਆਉਂਦਾ ਵਾ ਅੱਛਾ ਗੁਰਦੁਆਰੇ ਦੇ ਨਾਮ ਤੋਂ ਹਾਂ ਦੱਸੋ ਉਹਦਾ ਬਿੱਲ ਦਿੰਦੇ ਹਾਂ ਅਸੀਂ ਹਜੇ ਹਜੇ ਵੀ ਤੁਸੀਂ ਗੁਰਦੁਆਰੇ ਦਾ ਬਿੱਲ ਦਿੰਦੇ ਹਾਂ ਬੜੀ ਗੱਲ ਹੈ ਦੱਸੋ ਕਿੰਨੇ ਘਰ ਗੁਰਦੁਆਰੇ 'ਚ ਬੈਠੇ ਹਾਂ ਪੰਜ ਘਰ ਬੈਠੇ ਹਾਂ ਪੰਜ ਘਰ ਬੈਠੇ ਹਾਂ ਜੀ ਉਦੋਂ ਤਾਂ ਇੱਕ ਹੀ ਹੋਣਾ ਬਾਅਦ 'ਚ ਡਿਵਾਈਡ ਹੋ ਕੇ ਪੰਜ ਘਰ ਬਣ ਗਏ ਇੱਥੇ ਗੁਰਦੁਆਰੇ ਦੇ ਵਿੱਚ ਅਤੇ ਬਜ਼ੁਰਗੋ ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਸੀਗੇ ਉੱਥੇ ਉਹਨਾਂ ਲੋਕਾਂ ਦੇ ਨਾਲ ਤੁਹਾਡਾ ਸੁਭਾਅ ਕਿੱਦਾਂ ਦਾ ਸੀ ਰਹਿਣ ਸਹਿਣ ਕਿੱਦਾਂ ਦਾ ਸੀ ਗਰਮਾ ਗਰਮੀ ਰਹਿੰਦੀ ਹੁੰਦੀ ਸੀ ਜਾਂ ਬਹੁਤ ਪਿਆਰ ਮੁਹੱਬਤ ਸੀ ਉਹਨਾਂ ਨਾਲ ਉਹ ਮੁਹੱਬਤ ਬਹੁਤ ਕਰਦੇ ਸੀ ਮੁਹੱਬਤ ਬਹੁਤ ਕਰਦੇ ਸੀ ਸਹੀ ਉਹ ਬੋਲ ਚਾਲ ਵੀ ਦਰਸ਼ਕੋ ਬਾਬਾ ਜੀ ਦਾ ਕਹਿਣਾ ਇਹ ਹੈ ਕਿ ਜੀ ਬਹੁਤ ਹੀ ਮੁਹੱਬਤ ਸਾਨੂੰ ਮਿਲੀ ਆ ਉਹਨਾਂ ਲੋਕਾਂ ਤੋਂ ਬੋਲਚਾਲ ਬਹੁਤ ਚੰਗੀ ਸੀ ਸੁਭਾਅ ਬੜੇ ਚੰਗੇ ਸੀਗੇ ਆਪਸ ਦੇ ਵਿੱਚ ਭੈਣ ਭਰਾਵਾਂ ਵਾਂਗੂ ਰਹਿੰਦੇ ਸੀਗੇ ਥੋੜ੍ਹਾ ਜਿਹਾ ਮੈਂ ਕਿਹਾ ਮੈਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦੇਵਾਂ ਅਤੇ ਹੋਰ ਇਸ ਤੋਂ ਇਲਾਵਾ ਬਜ਼ੁਰਗੋ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਬਾਤ ਕੋਈ ਜਿਹੜੀ ਤੁਹਾਡੀ ਤੁਸੀਂ ਅੱਖੀ ਦੇਖੀ ਹੋਵੇ ਕੋਈ ਲੜਾਈ ਝਗੜਾ ਪਾਕਿਸਤਾਨ ਬਣਨ ਤੋਂ ਪਹਿਲਾਂ ਲੜਾਈ ਝਗੜਾ ਮੀਆਂ ਵਾਲਾ ਚੌਧਰੀ ਸੀ ਖੁਰਾਕ ਅੱਛਾ ਜੀ ਚੌਧਰੀ ਰਸ਼ੀਦ ਨਾਂ ਦਾ ਨਹੀਂ ਪਤਾ ਅੱਛਾ ਚੌਧਰੀ ਕਹਿੰਦੇ ਸੀ ਚੌਧਰੀ ਕਹਿੰਦੇ ਸੀ ਅਤੇ ਉਹ ਚੱਲ ਪਿਆ ਆਪਦੇ ਪਿੰਡੋਂ ਆਪਦੇ ਅੱਛਾ ਆਪਦੇ ਪਿੰਡੋਂ ਚੱਲ ਪਿਆ ਮੀਆਂ ਉੱਥੇ ਸਿੰਘਪੁਰ ਪਹੁੰਚ ਗਿਆ ਉਹ ਸਕੂਲ ਹੁੰਦਾ ਸੀ ਸਕੂਲ ਅੱਛਾ ਸਕੂਲ ਚਲਾ ਗਿਆ ਆਪਣੇ ਪਿੰਡੋਂ ਨਿਕਲ ਕੇ ਠੀਕ ਆ ਸਕੂਲ ਚਲਾ ਗਿਆ ਉਹਨਾਂ ਨੇ ਕਿਹਾ ਉਹਨਾਂ ਨੇ ਸਿੰਘ ਵਜਾ ਦਿੱਤਾ ਅੱਛਾ ਲੜਾਈ ਹੋ ਪਈ ਸੀ ਉੱਥੇ ਲੜਾਈ ਹੋ ਪਈ ਅੱਛਾ ਸਿੱਖ ਕੁੱਟ ਦਿੱਤਾ ਉਹ ਮਾਰ ਦਿੱਤਾ ਜੀ ਚੌਧਰੀ ਸਾਡਾ ਅੱਛਾ ਫਿਰ ਉਹਨਾਂ ਨੇ ਉੱਧਰ ਮਾਰ ਦਿੱਤਾ ਮਾਰ ਦਿੱਤਾ ਅੱਛਾ ਇਹ ਵਾਕਿਆ ਪਾਕਿਸਤਾਨ ਬਣਨ ਤੋਂ ਪਹਿਲਾਂ ਹੋਇਆ ਪਹਿਲਾਂ ਹੋਇਆ ਸਹੀ ਬਾਬਾ ਜੀ ਆਪਣੇ ਪਿੰਡ ਸੀ ਨਾਲ ਕੋਈ ਮੀਆਂ ਵਾਲ ਉੱਥੇ ਤਾਂ ਕੋਈ ਚੌਧਰੀ ਅਸਲਮ ਰਾਈਆਂ ਦਾ ਪਿੰਡ ਸੀ ਕੋਈ ਚੌਧਰੀ ਅਸਲਮ ਨੂੰ ਜਾਣਦੇ ਕੀ ਜਾਣਦੇ ਉਹਦੇ ਬਾਰੇ ਅਸਲਮ ਦੇ ਨਾਲ ਹੋਰ ਕਾਫੀ ਬੰਦੇ ਸੀ ਅੱਛਾ ਉਹਦੇ ਨਾਲ ਹੋਰ ਕਾਫੀ ਬੰਦੇ ਸੀ ਇੱਕ ਗਰੁੱਪ ਬਣ ਗਿਆ ਉਸ ਅੱਛਾ ਮੁੰਡਾ ਅੱਛਾ ਉਹ ਤੁਰਦੇ ਦਰਿਆ ਦੇ ਕਿਨਾਰੇ ਕਿਨਾਰੇ ਤੁਰਦੇ ਹੀ ਆਏ ਅੱਛਾ ਦਰਿਆ ਦੇ ਕਿਨਾਰੇ ਕਿਨਾਰੇ ਤੁਰਦੇ ਹੀ ਆਏ ਐਨ ਪਾਕਿਸਤਾਨ ਨੂੰ ਜਦੋਂ ਬਣਿਆ ਪਾਕਿਸਤਾਨ ਸਹੀ ਅਤੇ ਇਸ ਤੋਂ ਇਲਾਵਾ ਬਾ ਹੋਰ ਨਹੀਂ ਜਾਣਦੇ ਜ਼ਿਆਦਾ ਉਹਨਾਂ ਦੇ ਬਾਰੇ ਅਸੀਂ ਨਹੀਂ ਜਾਣਦੇ ਜਾਣਦੇ ਹੋ ਜਾਂਦੇ ਜੇ ਮਰਦਾ ਨਾ ਅੱਛਾ
मार दिता मैनू याद आ गया जी अपने बाबा जी की हालत इजार देख के भी थोड़ा जहा अमृता प्रीतम जी के कुछ शेर याद आए ने भी एक रोई सी धी पंजाब की तो लिख लिख मारे वैन ओ अज सब ही पईयां रोंदियां तेन वारिस शाह नू कहण उठ दर्द मंदा दिया दर्दिया उठ तक अपना पंजाब कतलो गारत हो गई इन्नी लहू दी भरी चनाब लहू दी भरी चनाब बस यही हाल सी उस टाइम जो आ शेर कहण वाली अमृता प्रीतम जी ने कहा एन जी सी हर पासे लाशें ही बिखरियां सीगियां ते कोई तूफान तूफून भी सुनिया कोई फ्लड भी आया सीगा उदों बारिशां बहुत होईयां सी ते सारे राह लाशां देखदे ही आए तुसी बस अपना अपना ही सब नू पिया सी उस टाइम भी हुण इत्थों निकल जाना किसी ना किसी तरीके नाल सब कुछ छड छड़ा के उत्थों तुसी आए नाल बस अपने ढगे ते बस गड्डा ही लैके आए जिया नू ते बहा लिया ਧਾਕ ਲਾ ਕੇ ਬਿੰਦੇ ਹੋਣੇ ਆ ਮਤਲਬ ਉਸ ਟਾਈਮ ਬਚ ਕੇ ਆਉਣਾ ਪੈਂਦਾ ਸੀ ਅੱਛਾ ਅੱਛਾ ਬਚ ਕੇ ਆਉਣਾ ਪੈਂਦਾ ਸੀ ਫਿਰ ਨਿਆਣੇ ਨਾਲ ਹੋਣੇ ਚੰਗੀਆਂ ਲੜਕੀਆਂ ਨਾਲ ਸਹੀ ਇੱਕ ਨਵਾਂ ਪਿੰਡ ਸੀਗਾ ਨਵਾਂ ਪਿੰਡ ਹੈਗਾ ਜੀ ਹਾਂਜੀ ਅਤੇ ਉਹ ਉੱਥੇ ਨਵੇਂ ਪਿੰਡ ਸਿੱਖਾਂ ਨੇ ਭੱਜੀ ਆਉਂਦੀ ਅਤੇ ਅੰਦਰ ਦੇਖ ਕੇ ਕੁੜਾ ਮਾਰਦਾ ਛੇਤੀਆਂ ਉਹਦਾ ਦਵਾਈ ਬਾਬਾ ਪਾਈ ਜਾਵੇ ਮੇਰੇ ਬਾਹਰ ਹੋ ਜਿਹੜੀ ਉਹ ਜਨਾਨੀ ਦੇ ਮੈਰੀ ਸੀ ਉਹ ਕਹਿੰਦਾ ਸਿੱਖਾਂ ਕੋਲ ਬੁੱਕ ਲਾਤਾ ਬੁੱਕ ਖੋਲ ਦਿਓ ਨਹੀਂ ਤੋੜ ਦਿਆਂਗੇ ਬਸ ਬੁੱਕ ਖੋਲਤਾ ਜਨਾਨੀ ਲੈ ਗਏ ਉੱਥੋਂ ਤੋਂ ਫਿਰ ਅੰਮ੍ਰਿਤਸਰ ਰਾਹੀਂ ਉਦੋਂ ਲੁੱਕ ਆਏ ਜਨਾਨੀਆਂ ਨੂੰ ਪਰਦੇ ਦੇ ਕੇ ਸਹੀ ਇਹ ਅਸਲ ਦੇ ਵਿੱਚ ਬਜ਼ੁਰਗੋ ਕੁਛ ਇਸ ਤਰ੍ਹਾਂ ਵੀ ਹੈ ਵੀ ਚੰਗੇ ਜਿਹੜੇ ਬੰਦੇ ਸੀ ਸਾਰਿਆਂ ਨੂੰ ਤਾਂ ਆਪਣਾ ਆਪ ਪੈ ਗਿਆ ਆਪਣੀਆਂ ਆਪਣੀਆਂ ਫੈਮਿਲੀਆਂ ਸਾਂਭਣ ਲੱਗ ਪਏ ਬੱਚਿਆਂ ਨੂੰ ਆਪਣੀਆਂ ਇੱਜ਼ਤਾਂ ਨੂੰ ਸਾਂਭਣ ਲੱਗ ਪਏ ਕੱਜਣ ਲੱਗ ਪਏ ਮਸ਼ਟੰਡੀ ਮਢੀਰ ਜਿਹੜੀ ਰਲੀ ਸੀ ਉਹਨਾਂ ਨੇ ਇੱਦਾਂ ਦਾ ਕੰਮ ਕੀਤੇ ਆ ਖਰਾਬ ਅਕਸਰੀਅਤ ਜਿਹੜੀ ਸੀ ਉਹ ਚੰਗਿਆਂ ਬੰਦਿਆਂ ਦੀ ਜਿਹੜੀ ਸੀਗੀ ਅਕਸਰੀਅਤ ਉਹ ਤਾਂ ਵਿਚਾਰੇ ਆਪਣੇ ਆਪ ਨੂੰ ਸਾਂਭਣ ਨੂੰ ਲੱਗ ਪਏ ਕੋਈ ਇੱਧਰ ਨੂੰ ਜਾਣ ਲੱਗ ਪਿਆ ਕੋਈ ਕਿਸੇ ਦੀ ਰਖਵਾਲੀ ਨੂੰ ਵੀ ਬਹੁਤ ਰਖਵਾਲੀ ਵੀ ਕੀਤੀ ਉਹਨਾਂ ਲੋਕਾਂ ਨੇ ਸਵਾਜਪੁਰੇ ਦੇ ਲੋਕ ਸੀ ਦੇ ਅੱਛਾ ਜੀ ਉਹਨਾਂ ਨੇ ਇੱਕ ਨਹਿਰ ਨਹਿਰ ਸੁਭਾਸ਼ਪੁਰੇ ਦੇ ਨਾਲ ਨਹਿਰ ਸੀ ਨਹਿਰ ਨਹਿਰ ਉਹ ਸਿੱਖ ਨਾਲ ਆਇਆ ਅੱਛਾ ਜੀ ਜਿਹੜਾ ਇਹਨਾਂ ਨੂੰ ਕੁਛ ਕਰੂਗਾ ਉਹਨਾਂ ਨੂੰ ਪਹਿਲਾਂ ਮੈਨੂੰ ਮਰ ਬੜੀ ਗੱਲ ਆ ਬੜੀ ਗੱਲ ਆ ਜਾਣੀ ਐਡੀ ਵੱਡੀ ਕੁਰਬਾਨੀ ਕਹਿੰਦਾ ਜੇ ਕਿਸੇ ਨੇ ਇਹਨਾਂ ਨੂੰ ਕੁਛ ਕਿਹਾ ਤੇ ਉਹ ਪਹਿਲੋਂ ਮੇਰੇ ਨਾਲ ਟੱਕਰੇ ਬੜੀ ਗੱਲ ਹੈ ਬੜੀ ਗੱਲ ਹੈ ਇਹਨੂੰ ਕਹਿੰਦੇ ਜੀ ਇੱਜ਼ਤ ਦੀ ਸਾਂਝ ਇਹਨੂੰ ਕਹਿੰਦੇ ਦੋਸਤੀ ਨਹਿਰ ਤੇ ਖੜੇ ਰਹੋ ਕੋਈ ਬੰਦਾ ਛੱਡ ਨਾ ਮਰੇ ਅੱਛਾ ਨਹਿਰ ਚ ਠੀਕ ਮੇਰੇ ਸਾਹਮਣੇ ਖੜੇ ਰਹੋ ਅੱਛਾ ਜੇ ਮੈਂ ਮੁੜ ਜੂੰਗਾ ਜਾਂ ਕਹਿਣ ਲੱਗਾ ਵੀ ਸਿੱਖ ਸਿੱਖ ਕੋਈ ਚੰਗਾ ਸੀ ਇਹਦੇ ਦੌੜਾ ਸੀ ਸਹੀ ਉਹਦੀ ਮੰਨਦੇ ਸੀ ਸਿੱਖ ਸੰਭੜ ਕੇ ਖੜੂਗਾ ਸਿੱਖ ਜ਼ਰੂਰਤ ਨਹੀਂ ਗਈ ਸੀ ਆਪਣੀ ਬੜੀ ਗੱਲ ਬੜੀ ਗੱਲ ਅੱਛਾ ਬਜ਼ੁਰਗੋ
अगे थोड़ी देर पहलो मैं सुनया एक शेर तुसी बोलिया सी ओ शेर सुना सकते हो की सी शेर उजड़ गया मेरा मुल्क तमाम ते तालिया बारी हरी हाय हाय उजड़ गया मेरा मुल्क तमामी तालिया बारी हारी बुझ गए हो रोज खुशी दे नैन गिरे दे ऐस टाइम जी ऐस टाइम इन्हों के दिल से की बीत रही है असी शायद महसूस भी नहीं कर सकते इन्होंने वो वेला देखा मैं काफ़ी देर तो इन्हों इंटरव्यू कर रहा और मैं इन्हों अखों चो हंझू सुके नहीं देखे हंझू इन्हों अखों चो आई जाते हैं वगी जाते हैं बड़ी गल है मैनू मैं हुण वाइंड अप करना चाहना और वाइंड अप करद हो आखिरी मैं थोनू बाबा जी के दिल दो गल्लां करना चाहना है शेर के कि उठ शाह हुसैना वेख लै असी बदली बैठे भेस और साड़ी जिंद नमाणी कूक दी असी रोल गए विच परदेस साडा हरदम जी कुरलाउंदा साड़ी नीर बगावे अख असां जीउंदी जाने मर गए साडा माधो होया वक सानू सप समय दा डंगदा सानू पल पल चढ़दा जहर साडे अंदर वेले खौफ दे साडे जंगल बन गए शहर असां नैणा दे खूह गेड़ के कीती वत्तर दिल दी भौं ये वंजड़ रही नमानड़ी सानू सज्जन तेरी सौं सानू सज्जन तेरी सौं दर्शकों सानू आज दा प्रोग्राम उम्मीद है तुहानू बहुत पसंद आएगा और नैक्सट प्रोग्राम वास्ते सानू आज इजाजत दियो जी चंगा जी रब रखा।